ਯਾਰ ਇਹ ਕਿੱਦਾਂ ਦਾ ਬੰਦਾ ਹੈ? ਕੋਈ ਅਣਖ ਪੱਲੇ ਹੈ ਕਿ ਨਹੀਂ? ਕੋਈ ਸ਼ਿਸ਼ਟਾਚਾਰ, ਕੋਈ ਸੱਭਿਆਚਾਰ, ਕੋਈ ਪੱਲੇ ਹੈ ਕਿ ਨਹੀਂ? ਮੈਂ ਨਹੀਂ ਚਾਹੁੰਦਾ ਕਿ ਇੱਕ ਮੁੱਖ ਮੰਤਰੀ ਦੇ ਅਹੁਦੇ 'ਤੇ ਬੰਦਾ ਜਿਹੜਾ ਕੰਮ ਕਰ ਰਿਹਾ ਉਹ ਕੱਲ੍ਹ ਨੂੰ ਮੇਰੇ 'ਤੇ ਆ ਕੇ ਮਾਫ਼ੀ ਮੰਗੇ। ਮੈਂ ਆਪਣੀ ਪਾਰਟੀ ਨੂੰ ਬੇਨਤੀ ਕੀਤੀ ਹੈ ਕਿ ਮੈਨੂੰ ਪਰਮਿਸ਼ਨ ਦਿਉ, ਮੈਂ ਇਹਦੇ 'ਤੇ ਮਾਨਹਾਨੀ ਦਾ ਦਾਅਵਾ ਕਰਨਾ। ਮੈਨੂੰ ਮਜਬੂਰਨ ਕਰਨਾ ਪੈ ਰਿਹਾ, ਰਹਿਣ ਦੇ 3 ਮਹੀਨੇ ਬਣ ਕੇ ਹੀ ਬਹੁਤ ਕੁਛ ਪਾ ਲਿਆ ਯਾਰ, ਨੁਕਸਾਨ ਇੰਨਾ ਕਰ ਰਹੇ ਮੇਰਾ, ਮੈਨੂੰ ਮਰਵਾਉਣਾ ਹੁਣ ਤੁਸੀਂ ਨਾ ਲੋਕਾਂ 'ਤੇ ਹੱਦ ਹੋ ਗਈ ਯਾਰ। ਕੇਜਰੀਵਾਲ ਜੀ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਹਰ ਚੀਜ਼ ਦੇ ਕੋਈ ਨਾ ਕੋਈ ਮਾਪਦੰਡ ਹੁੰਦੇ ਹੈ, ਕੋਈ ਤਰੀਕਾ ਹੁੰਦਾ, ਤਰੀਕੇਕਾਰ ਹੁੰਦਾ ਹੈ। ਚੋਣ ਔਰ ਰਾਜਨੀਤੀ ਦੇ ਵਿੱਚ ਵੀ ਕੁਛ ਪਰੰਪਰਾਵਾਂ ਹੁੰਦੀਆਂ, ਕੋਈ ਸੱਭਿਅਤਾ ਹੁੰਦੀ ਹੈ, ਇੱਕ ਲਾਈਨ ਹੁੰਦੀ ਹੈ, ਉਸ ਨੂੰ ਪਾਰ ਨਹੀਂ ਕਰਨਾ ਚਾਹੀਦਾ। ਇਹਨਾਂ ਨੇ ਪਹਿਲਾਂ ਕਈ ਵਾਰ ਲਾਈਨ ਪਾਰ ਕਰੀ ਹੈ ਔਰ ਕਈ ਵਾਰ ਇਹ ਮਾਫ਼ੀ ਮੰਗ ਕੇ ਭੱਜ ਚੁੱਕੇ ਹੈ। ਗਡਕਰੀ ਸਾਹਿਬ ਨੂੰ ਇਹਨਾਂ ਨੇ ਝੂਠੇ ਇਲਜ਼ਾਮ ਲਗਾ ਕੇ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ। ਇਹਦੀ ਆਦਤ ਹੈ ਪਹਿਲਾਂ ਅਗਲੇ 'ਤੇ ਬੜੇ ਬੜੇ ਇਲਜ਼ਾਮ ਲਗਾਉਣੇ, ਜਦ ਚੋਣ ਖਤਮ ਹੋ ਜਾਂਦੀ ਹੈ ਬਾਅਦ ਦੇ ਵਿੱਚ ਮਾਫ਼ੀ ਮੰਗ ਕੇ ਭੱਜ ਜਾਂਦੇ। ਵਿਕਰਮ ਮਜੀਠੀਏ 'ਤੇ ਤੁਸੀਂ ਉਹ ਦੱਸ ਰਹੇ ਮਾਫ਼ੀ ਮੰਗੀ ਔਨ ਰਿਕਾਰਡ ਹੈ। ਯਾਰ ਇਹ ਕਿੱਦਾਂ ਦਾ ਬੰਦਾ ਹੈ? ਕੋਈ ਅਣਖ ਪੱਲੇ ਹੈ ਕਿ ਨਹੀਂ? ਕੋਈ ਸ਼ਿਸ਼ਟਾਚਾਰ, ਕੋਈ ਸੱਭਿਆਚਾਰ, ਕੋਈ ਪੱਲੇ ਹੈ ਕਿ ਨਹੀਂ? ਮੈਂ ਨਹੀਂ ਚਾਹੁੰਦਾ ਕਿ ਇੱਕ ਮੁੱਖ ਮੰਤਰੀ ਦੇ ਅਹੁਦੇ 'ਤੇ ਬੰਦਾ ਜਿਹੜਾ ਕੰਮ ਕਰ ਰਿਹਾ ਉਹ ਕੱਲ੍ਹ ਨੂੰ ਮੇਰੇ 'ਤੇ ਆ ਕੇ ਮਾਫ਼ੀ ਮੰਗੇ। ਲੇਕਿਨ ਇਹ ਹਰ ਹੱਦਾਂ ਨੂੰ ਪਾਰ ਕਰ ਰਿਹਾ। ਪਹਿਲਾਂ ਮੈਂ ਇਹਨਾਂ ਨੂੰ ਇੰਨਾ ਕਿਹਾ ਕਿ ਜਿਹੜੇ ਬਾਹਰੋਂ ਬੰਦੇ ਆਉਂਦੇ ਕਾਲੇ ਅੰਗਰੇਜ਼ ਹੈ। ਇਹ ਕਹਿੰਦਾ ਕਿ ਮੈਨੂੰ ਕਾਲਾ ਕਹਿੰਦਾ, ਇਹਨੇ ਕਿਹਾ ਮੇਰੇ ਨਾਲ ਰਿਸ਼ਤਾ ਕਰਾਉਣਾ ਘਰ ਦਾ, ਸਾਡੀ ਧੀਆਂ ਭੈਣਾਂ ਨੂੰ ਪੈ ਗਿਆ। ਦੇਖੋ ਕਿੱਡੀ ਬੜੀ ਗੱਲ ਹੈ ਮੈਨੂੰ ਇਹ ਕਹਿਣਾ ਕਿ ਕਿਆ ਮੈਨੂੰ ਰਿਸ਼ਤਾ ਕਰਨਾ ਹੈ, ਤੂੰ ਮੈਨੂੰ ਕਾਲਾ ਅੰਗਰੇਜ਼ ਕਹਿੰਦਾ। ਕਿਸ ਤਰ੍ਹਾਂ ਮਾਫ਼ ਕਰੀਏ, ਕਿੰਨਾ ਸੁਣੀ ਜਾਈਏ ਇਸ ਬੰਦੇ ਦੀ? ਪੈਸੇ ਕਿਸੇ ਤੋਂ ਮਿਲੇ, ਰੇਡਾਂ ਕਿਸੇ ਦੇ ਹੋਈਆਂ, ਮੇਰੀ ਫੋਟੋ ਦੇ ਨਾਲ ਚੱਕ ਕੇ ਪੈਸਿਆਂ ਦੀ ਫੋਟੋ ਪਾ ਕੇ ਮੈਨੂੰ ਬੇਈਮਾਨ ਦੱਸ ਰਿਹਾ। ਮੈਂ ਦੀ ਗਲਤੀ ਹੋ ਸਕਦੀ ਕਿ ਮੈਂ ਆਪਣੇ ਰਿਸ਼ਤੇਦਾਰਾਂ 'ਤੇ ਨਜ਼ਰ ਨਹੀਂ ਰੱਖ ਸਕਿਆ, ਲੇਕਿਨ ਮੇਰੇ ਨਾਲ ਕਿਆ ਹੈ? ਮੇਰੇ ਨਾਲ ਕਿਉਂ ਜੋੜ ਰਿਹਾ ਬਿਨਾਂ ਮਤਲਬ ਦੇ? 10 ਜਗ੍ਹਾ ਪੰਜਾਬ ਦੇ ਵਿੱਚ ਰੇਡ ਹੋਈ, ਮੈਨੂੰ ਕਾਹਦੇ ਵਾਸਤੇ ਲਿੰਕ ਕਰ ਰਿਹਾ? ਜੇ ਮੇਰੇ ਤੋਂ ਪੈਸੇ ਫੜੇ ਹੁੰਦੇ ਤਾਂ ED ਮੈਨੂੰ ਚੱਕਦੀ, ਮੇਰੇ ਘਰ ਰੇਡ ਕਰਦੀ, ਮੈਨੂੰ ਗੱਲਾਂ ਕਰਦੀ, ਮੇਰੇ ਨਾਲ ਹੁੰਦੀ, ਮੇਰੇ ਪਰ ਹੁੰਦੀ ਗੱਲ। ਇਹਦੇ ਭਤੀਜੇ 'ਤੇ ਹੋਇਆ, ਇਹਦੇ ਕਹਿੰਦਾ ਜੀ ਮੇਰੇ ਤਾਂ 11 ਮਫਲਰ ਬਣੇ ਦੇ, ਤੇਰੇ ਭਤੀਜੇ 'ਤੇ 130 ਕਰੋੜ ਦਾ। ਮੈਂ ਆਪਣੀ ਪਾਰਟੀ ਨੂੰ ਬੇਨਤੀ ਕੀਤੀ ਹੈ ਕਿ ਮੈਨੂੰ ਪਰਮਿਸ਼ਨ ਦਿਉ, ਮੈਂ ਇਹਦੇ 'ਤੇ ਮਾਨਹਾਨੀ ਦਾ ਦਾਅਵਾ ਕਰਨਾ। ਮੈਨੂੰ ਮਜਬੂਰਨ ਕਰਨਾ ਪੈ ਰਿਹਾ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਤੂੰ ਉਸ ਦਿਨ ਅਸਤੀਫਾ ਦੇ ਦਿੱਤਾ ਸੀ ਜਿਸ ਦਿਨ
ਇਹਨੇ ਮਾਫ਼ੀ ਮੰਗੀ ਹੈ, ਹੁਣ ਉਹ ਧੋ ਹੋ ਗਿਆ ਮਾਫ਼ੀ ਵਾਲਾ ਐਫੀਡੈਵਿਟ, ਹੁਣ ਉਹ ਸਹੀ ਹੋ ਗਿਆ, ਤੁਸੀਂ ਇਹਦੇ ਕੰਨੀ 'ਤੇ ਕੈਂਡੀਡੇਟ ਬਣ ਕੇ ਖੜ ਗਏ। ਸੋ ਸਤਿਕਾਰਯੋਗ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰੇ ਘਰ ਕੋਈ ਪੈਸਾ ਆਇਆ ਹੋਵੇ ਤਾਂ ਮੈਂ ਤੁਹਾਨੂੰ ਦੇਣਦਾਰ ਹੈ, ਮੈਂ ਕਿਤੇ ਪੈਸਾ ਲਿਆ ਹੋਵੇ ਤਾਂ ਮੈਂ ਦੇਣਦਾਰ ਹੈ, ਮੈਨੂੰ ਬਿਨਾਂ ਮਤਲਬ ਦੇ ਕਿਸੇ ਦੇ ਪੈਸਿਆਂ ਵਿੱਚ ਇਹ ਜਿਹੜਾ ਘਸੀਟ ਰਹੇ ਹੈ ਇਹ ਬਿਲਕੁਲ ਫੇਅਰ ਨਹੀਂ ਹੈ, ਇਹ ਬਿਲਕੁਲ ਸਹੀ ਨਹੀਂ ਹੈ। ਇਹਨੂੰ ਆਦਤ ਹੈ, ਇਹਨਾਂ ਨੂੰ ਆਦਤ ਹੈ ਦੂਸਰੇ ਨੂੰ ਬਦਨਾਮ ਕਰਕੇ ਇਲੈਕਸ਼ਨ ਜਿੱਤ ਕੇ ਜਾਣ ਦੀ। ਪਿਛਲੀ ਵਾਰੀ ਵੀ ਨਹੀਂ ਲੋਕਾਂ ਨੇ ਚੱਲਿਆ, ਐਤਕੀ ਵੀ ਨਹੀਂ ਚੱਲਣਾ। ਤੁਹਾਡੇ ਕੁਝ ਸਾਥੀ ਡਿਮਾਂਡ ਕਰ ਰਹੇ ਨੇ, ਕਹਿੰਦੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਕੀਤਾ ਜਾਵੇ, ਬ੍ਰਹਮਿੰਦਰਾ ਨੇ ਹਾਈਕਮਾਨ ਨੂੰ ਓਪਨ ਚਿੱਠੀ ਲਿਖਤੀ, ਹੋਰ ਵੀ ਬਹੁਤ ਸਾਰੇ। ਰਹਿਣ ਦੇ, 3 ਮਹੀਨੇ ਬਣ ਕੇ ਹੀ ਬਹੁਤ ਕੁਝ ਪਾ ਲਿਆ ਯਾਰ, ਰਕਸਾਨ ਇੰਨਾ ਕਰ ਰਹੇ ਮੇਰਾ, ਮੈਨੂੰ ਮਰਵਾਉਣਾ ਹੁਣ ਤੁਸੀਂ ਨਾ ਲੋਕਾਂ ਦੇ, ਹੱਦ ਹੋ ਗਈ ਯਾਰ।